ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਮੈਂ ਬਣਾਈ ਹੈਗੀ ਮੇਥੀ ਔਰ ਮਟਰ ਦੀ ਬਹੁਤ ਟੇਸਟੀ ਰੈਸਟੋਰੈਂਟ ਵਰਗੀ ਸਬਜ਼ੀ ਦੇਖਦੇ ਹਾਂ ਕੀ ਕੀ ਸਮਾਨ ਲਿਆ ਕਿਦਾਂ ਬਣਾਈ ਹੈ ਇਸ ਲਈ ਆਪਾਂ ਲਈ ਹੈਗੀ ਆ ਦੋ ਪਿਆਜ਼ ਦੋ ਟਮਾਟਰ ਲਸਣ ਅਦਰਕ ਔਰ ਇਹ ਹੈਗੇ ਕਾਜੂ 10-12 ਕਾਜੂ ਲੈਨੇ ਮੇਥੀ ਦੇ ਇੱਕ ਗੁੱਚੀ ਆ ਉਹਨਾਂ ਮੈਂ ਤੋੜ ਕੇ ਸਾਫ਼ ਕਰ ਲਿਆ ਹੋਇਆ ਕੱਟ ਲਿਆ ਮਟਰ ਲੈ ਇਹ ਹਰੇ ਮਟਰ ਨੇ ਤਾਜੇ ਇਹ ਕੱਢੇ ਹੋਏ ਨੇ ਅੱਧਾ ਕੱਪ ਇਹ ਹੈਗੇ ਅੱਧੇ ਕੱਪ ਤੋਂ ਜ਼ਿਆਦਾ ਹੀ ਨੇ ਹੁਣ ਆਪਾਂ ਚਲਦੇ ਹਾਂ ਸਬਜ਼ੀ ਵਾਲੇ ਮੈਂ ਪਿਆਜ਼ ਜਿਹੜੇ ਆ ਗਏ ਲੰਬੇ ਲੰਬੇ ਕੱਟ ਲੈਨੇ ਪਿਆਜ਼ ਮੈਂ ਕਿਉਂਕਿ ਜਲਦੀ ਪੁੰਨੇ ਜਾਂਦੇ ਲੰਬੇ ਪਤਲੇ ਕੱਟੋਂ ਨਾਲ ਥੋੜੀ ਜਲਦੀ ਪੁੰਨੇ ਜਾਂਦੇ ਆ ਔਰ ਸਬਜ਼ੀ ਵਧੀਆ ਬਣਦੀ ਆ ਫਿਰ ਆਪਾਂ ਨੂੰ ਪਾਉਂਗੀ ਸਰੋਂ ਦਾ ਤੇਲ ਤੁਸੀਂ ਕੋਈ ਵੀ ਤੇਲ ਪਾ ਸਕਦੇ ਹੋ ਰਿਫਾਈਨਡ ਪਾਓ ਜਾਂ ਕੋਈ ਵੀ ਕੀ ਆਪਾਂ ਮੈਂ ਸਰੋਂ ਦਾ ਤੇਲ ਪਾਇਆ ਆ ਥੋੜਾ ਜਿਆਦਾ 4.5 ਚੱਲ ਜਾਵੇ ਤੇਲ ਦਾ ਗਰਮ ਕਰੂੰਗੀ ਇਹਨੂੰ ਥੋੜਾ ਜਿਹਾ ਹੋਣ ਇਹਦੇ ਵਿੱਚ ਪਾਉਂਗੀ ਮੈਂ ਪਿਆਜ਼ ਤੇਲ ਗਰਮ ਕਰਕੇ ਵਿੱਚ ਪਿਆਜ਼ ਬਾਰੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਬਰਾਊਨ ਕਰਨਾ ਹੈ ਆਪਾਂ ਤਾਂ ਜੇ ਬਾਅਦ ਵਿੱਚ ਮਸਾਲਾ ਚੰਗੀ ਤਰ੍ਹਾਂ ਫੁੰਜ ਜਾਂਦਾ ਹੈ ਜਲਦੀ ਭੁੱਲ ਜਾਂਦਾ ਫਿਰ ਪਿਆਜ਼ ਚੰਗੀ ਤਰ੍ਹਾਂ ਬਰਾਊਨ ਕਰ ਲੈਣੇ ਆਪਾਂ ਦੇ ਪਹਿਲਾਂ ਹੀ ਪੱਤੇ ਪੱਤੇ ਕੱਟ ਕੇ ਨਾ ਤੇ ਸਬਜ਼ੀ ਥੋੜੀ ਜਲਦੀ ਵਧੀਆ ਇੱਕ ਤਾਂ ਕਲਰ ਵਧੀਆ ਆਉਂਦਾ ਸਬਜ਼ੀ ਦਾ ਤੇ ਇੱਕ ਬਣਦੀ ਵਧੀਆ ਹੈ ਆ ਟੇਸਟੀ ਬਣਦੀ ਮਸਾਲਾ ਇਹ ਜਲਦੀ ਭੁੱਜ ਜਾਂਦਾ ਹੈ ਫਿਰ ਪਹਿਲਾਂ ਪਿਆਜ਼ ਜੇ ਜਲਦੀ ਭੁੰਨ ਲਈ ਆਪਾਂ ਸਾਫ਼ ਤੇ ਥੋੜੇ ਜੇ ਇਸ ਕਰਕੇ ਥੋੜੇ ਬਰਾਊਨ ਕਰੂੰਗੀ ਮੈਂ ਪਿਆਜ਼ਾਂ ਨੂੰ ਪਿਆਜ ਬਰਾਊਨ ਕਰਕੇ ਇਹਦੇ ਵਿੱਚ ਪਾ ਦੂੰਗੀ ਫਿਰ ਬਾਕੀ ਦਸਵਾਨ ਮੈਂ ਆ ਦੇਖੋ ਮੈਂ ਅਦਰਕ ਲਸਣ ਪਾਤਾ ਹੋਇਆ ਵਾ ਲਸਣ ਅਦਰਕ ਕਿੰਨੇ ਟਾਈਮ ਲੱਗਦਾ ਇਹਨੂੰ ਵੀ ਨਾਲ ਹੀ ਪਾ ਦੂੰਗੀ ਸਾਫਤਾ ਹੀ ਉਦਾਂ ਹੀ ਕਿਉਂਕਿ ਬਾਅਦ ਵਿੱਚ ਆਪਾਂ ਇਹਨਾਂ ਨੂੰ ਪੀਛਣਾ ਹੀ ਹੈ ਹਰੀਆਂ ਮਿਰਚਾਂ ਪਾਈ ਜਾਂਦੋ ਇੱਕ ਲਾਲ ਜੀ ਆ ਇਹ ਥੋੜੀ ਜਿਹੀ ਵੈਸੇ ਹਰੀ ਆ ਠੰਗੀ ਜਿਨ ਸਾਰੀ ਜੀ ਜਿਹਾ ਭੁੰਨ ਕੇ ਦੇਖੋ ਪਿਆਜ਼ ਕਾਫੀ ਬਰਾਊਨ ਹੋ ਗਿਆ ਮਸਲਨ ਭੁੱਲ ਗਿਆ ਤੇ ਹੁਣ ਮੈਂ ਇਥੇ ਪਾਇਆ ਕਾਜੂ ਕੱਜ ਥੋੜੇ ਜਿਹਾ ਭੁੰਨੇ ਤਾਂ ਕਿ ਬਾਅਦ ਚ ਪਾਇਆ ਪਹਿਲਾਂ ਨਹੀਂ ਪਾਇਆ ਹੈਗੇ ਮੈਂ ਕਿ ਬਹੁਤ ਜ਼ਿਆਦਾ ਨਹੀਂ ਹਨ ਫਿਰ ਆਪਾਂ ਬ੍ਰਾਊਨ ਕਰਨਾ ਹੁੰਦਾ ਗਾਜੂਆਂ ਨੂੰ ਫਿਰ ਸੂਫੂਲ ਜਾਣ ਤੇ ਸੌਫਟ ਹੋ ਜਾਣ ਇੰਨਾ ਕੀ ਕਰਨਾ ਹੁੰਦਾ ਹੈ ਇਸ ਹੁਣੇ ਪਿਆਜ਼ ਭੁੱਜ ਗਏ ਇਹਦੇ ਵਿੱਚ ਪਾ ਦੂੰਗੀ ਮੈਂ ਹੁਣ ਟਮਾਟਰ ਸੌਰੀ ਟਮਾਟਰ ਜਿਹੜੇ ਕੱਟੇ ਹੋਏ ਆ ਲੰਬੇ ਨੇ ਪਤਲੇ ਕੱਟੇ ਆ ਇਹਨਾਂ ਨੂੰ ਜਲਦੀ ਜੀ ਭੁੱਲ ਭੁੱਜਣ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਸੌਫਟ ਕਰ ਲੈਣਾ ਮੈਸ਼ ਮੂਸ਼ੀ ਜਿਹਾ ਹੋ ਜਾਣੇ ਚੰਗੀ ਤਰ੍ਹਾਂ ਕਰਨਾ ਇਹਨਾਂ ਨੂੰ ਸੌਫਟ ਕਿ ਪਿਆਜ਼ ਸੌਰੀ ਟਮਾਟਰ ਸਾਰੇ ਸੌਫਟ ਹੋ ਗਏ ਹੋਏ ਆ ਮਸਾਲਾ ਆ ਕੇ ਤਿਆਰ ਇਹਨੂੰ ਮੈਂ ਠੰਡਾ ਕਰਕੇ ਹੁਣ ਨਾ ਪੀਸੂਗੀ ਗਰੇਵੀ ਬਣਾਉਂਗੀ ਇਹਦੀ ਠੰਡਾ ਆ ਕੇ ਮਸਾਲਾ ਦੇ ਵਿੱਚ ਪਾਉਂਗੀ ਇਹਨੂੰ ਮਿਕਸੀ ਦੇ ਕੱਪ ਦੇ ਵਿੱਚ ਔਰ ਚੰਗੀ ਤਰ੍ਹਾਂ ਨੂੰ ਪੇਸਟ ਬਣਾਉਣਾ ਬਹੁਤ ਵਧੀਆ ਤਰ੍ਹਾਂ ਇਹਦਾ ਸਾਰੇ ਮਸਾਲਾ ਬਾਦ ਵਿੱਚ ਮਿਕਸੀ ਦੇ ਕੱਪ ਦੇ ਵਿੱਚ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਪੀਸੂਗੀ ਚੰਗੀ ਤਰ੍ਹਾਂ ਪੀਸਣਾ ਕਿਉਂਕਿ ਥੋੜਾ ਜਿਹਾ ਪਾਣੀ ਪੋਗਾ ਇਹਦੇ ਵਿੱਚ ਤੇ ਕੋ ਮਸਾਲਾ ਬਿਲਕੁਲ ਪੇਸਟ ਬਣ ਗਿਆ ਬਹੁਤ ਟੇਸਟੀ ਵਧੀਆ ਪੀਸਿਆ ਗਿਆ ਹੈ ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰੋਸੈਸ ਵੱਲ ਹੁਣ ਆਦੇ ਵਿੱਚ ਤੇਲ ਪਾਉਂ ਥੋੜਾ ਜਿਹਾ ਥੋੜਾ ਜਿਹਾ ਹੋਰ ਤੇਲ ਪਾਉਂਗੀ ਮੈਂ ਕਿਉਂ ਪਾਉਂਗੀ ਥੋੜਾ ਜਿਹਾ ਤੇਲ ਨਹੀਂ ਨਾ ਪਾਣਾ ਕਿਉਂ ਪਾਉਂਗੇ ਤੇ ਸੀਗੀ ਪਾਏ ਮੈਂ ਥੋੜਾ ਜਿਹਾ ਡਾਲਡਾ ਨਹੀਂ ਪਾਇਆ ਇਹਨੂੰ ਢਿੰਕ ਇਤਨਾ ਮੈਲਟ ਕਰਕੇ ਤੇਲ ਉਹ ਕਿੰ ਮੈਲਟਾਂ ਕਿਉਂ ਆਪਣਾ ਇੱਜਾਇਆ ਮ ਜੀਰਾ ਥੋੜਾ ਜਿਹਾ ਗੈਸ ਬਹੁਤ ਘੱਟ ਰੱਖਣੀ ਤਾਂ ਜੇ ਇੱਕਦਮ ਜਲਣਾ ਜਾਵੇ ਗੈਸ ਬਿਲਕੁਲ ਘੱਟ ਕੀਤੀ ਹੋਈ ਮੇਰੀ ਥੋੜੀ ਜਿਹੀ ਹਿੰਗ ਪਾਈ ਆ ਮੈਂ ਪਾ ਦੂੰਗੀ ਜਿਹੜਾ ਮਸਾਲਾ ਪੇਸਟ ਬਣਾਇਆ ਉਹ ਪਾ ਦੂੰਗੀ ਔਰ ਚੰਗੀ ਤਰ੍ਹਾਂ ਭੁੰਨ ਲਵਾਂਗੀ ਇਹਨੂੰ ਸਾਰਾ ਮਸਾਲਾ ਦੇ ਵਿੱਚ ਪਾ ਕੇ ਫਿਰ ਆਪਾਂ ਬਹੁਤ ਚੰਗੀ ਤਰ੍ਹਾਂ ਭੁੰਨ ਲੈਸ ਕਰਕੇ ਬਾਅਦ ਵਿੱਚ ਜਲਦੀ ਪੁੱਜ ਜਾਣਾ ਬਹੁਤ ਦੇਰ ਨਹੀਂ ਲੱਗਣੀ ਹੈਗੀ ਇਹਨੂੰ ਕਿ ਬਣ ਲਾ ਪਿਆਜ਼ ਵਗੈਰਾ ਉਹ ਚੰਗੀ ਤਰ੍ਹਾਂ ਭੁੰਨੇ ਹੋਏ ਆ ਗਏ ਨੇ ਟਮਾਟਰ ਵੀ ਹੁਣ ਸਾਰਾ ਮੈਂ ਧੋ ਕੇ ਵਿੱਚ ਪਾਤਾ ਦੇਖੋ ਕੋਈ ਵੇਸਟੇਜ ਨਹੀਂ ਕਰਨੀ ਆਪਾਂ ਨੇ ਹਰ ਸਾਰਾ ਮਸਾਲੇ ਨੂੰ ਚੰਗੀ ਤਰ੍ਹਾਂ ਭਨ ਕੇ ਬਿਲਕੁਲ ਜਦ ਤੇਲ ਇਹਦਾ ਅਲੱਗ ਹੋ ਜਾਊਗਾ ਬਹੁਤ ਚੰਗੀ ਤਰ੍ਹਾਂ ਭਨਾਂਗੇ ਆਪਾਂ ਇਹਨੂੰ ਗਿਆ ਸੇਜ ਕਰ ਦਾਂਗੇ ਹੁਣ ਕਿਉਂਕਿ ਜਲਦੀ ਹੋ ਜਾਵੇ ਜਿਹੜਾ ਕੰਮ ਆਪਣਾ ਜਦ ਇੱਕ ਵਾਰ ਥੋੜਾ ਜਿਹਾ ਹੋ ਜੂਗਾ ਤਾਂ ਫਿਰ ਗੈਸ ਘੱਟ ਕਰ ਦੇਣੀ ਕਿਉਂਕਿ ਜਿਹੜੇ ਕਾਜੂਆਂ ਦਾ ਪੇਸਟ ਨਾ ਥੱਲੇ ਲੱਗਣ ਦਾ ਡਰ ਰਹਿੰਦਾ ਇਸ ਕਰਕੇ ਬਹੁਤ ਤੇਜ਼ ਵੀ ਗੈਸ ਵੀ ਨਹੀਂ ਰੱਖਣੀ ਆਪਾਂ ਨੇ ਥੋੜੀ ਘੱਟ ਰੱਖਾਂਗੇ ਕਾਜੂ ਵਿੱਚ ਪਾਏ ਇਸ ਕਰਕੇ ਕਾਜੂਆਂ ਦਾ ਜਿਹੜਾ ਵਿੱਚ ਹੁੰਦਾ ਨਾ ਏਟਾ ਲੱਗ ਜਾਂਦਾ ਫਿਰ ਉਹ ਜਲਣ ਦੀ ਰਹਿੰਦੀ ਹੈ ਥੋੜੀ ਜੀ ਵਿੱਚ ਨਾ ਛੋਲੋ ਗਿਆ ਚਬਾਤੀ ਹਲਦੀ ਜਿੰਨੀ ਖਲਦੀ ਫਸਾਵਨ ਫਾੜਨੀ ਹੈਗੀ ਅੱਦ ਤੱਕ ਚੌਂ ਚਪਾਇਆ ਮੈਂ ਹਲਦੀ ਦਾ ਲਾਲ ਮਿਰਚ ਨਮਕ ਥੋੜਾ ਜਿਹਾ ਨਮਕ ਪਾਇਆ ਸਵਾਦ ਦੇ ਹਿਸਾਬ ਨਾਲ ਹੁਣ ਸਾਰੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਫਸੇ ਇਸ ਟੈਪ ਆਨ ਮਸਾਲਾ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇਲ ਬਿਲਕੁਲ ਲੱਗ ਕਰਨਾ ਹੈ ਆਪਾਂ ਇਹਦਾ ਇੱਕ ਵਾਈ ਕਸ਼ਮੀਰੀ ਲਾਲ ਮਿਰਚ ਇਹਦੇ ਚ ਇੱਕ ਚਮਚ ਮੈਂ ਇੱਕ ਔੜ ਹੀ ਨਹੀਂ ਹੁੰਦੀ ਹੈਗੀ ਇਸ ਕਰਕੇ ਕਲਰ ਲਈ ਪਾਈ ਹੈ ਜਿਆਦਾ ਪਾਈ ਤਾਂ ਕਰਕੇ ਇੱਕ ਚਮਚ ਪਾਇਆ ਲਾਲ ਮਿਰਚ ਦਾ ਕਸ਼ਮੀਰੀ ਹੈਗੀ ਇਹ ਇਹ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਆਊਗਾ ਹੁਣ ਚੰਗੀ ਤਰ੍ਹਾਂ ਮਸਾਲਾ ਭੁੰਨੂਗੀ धनिया पाउडर मसाला काफ़ी भुन हो गया ढाके रखता हूँ देखनी हूँ मैं देखो मसाले तेल काफ़ी अलग हो गया तो काफ़ी चंगी तरह भुज गया है थोड़ा जहाँ भुन गया ਨਝ ਪਾਤੇ ਮਟਰ ਮਟਰ ਵੀ ਕਿਉਂਕਿ ਨਾਲ ਹੀ ਪੁੱਜ ਜਾਣ ਮਟਰ ਵਿੱਚ ਪਾਤੇ ਮੈਂ ਇਹਦੇ ਕਿਉਂਕਿ ਕਾਫੀ ਮਸਾਲਾ ਪੁੱਜ ਗਿਆ ਹੁਣ ਮਟਰ ਵੀ ਪਾ ਦਾਂਗੀ ਮਟਰ ਵੀ ਨਾਲ ਦੇ ਕੇ ਮਟਰ ਥੋੜਾ ਟਾਈਮ ਲੈਣ ਦੇ ਲਈ ਜਨੂ ਔਰ ਜਿਹੜੀ ਮੇਥੀ ਹੈ ਜਲਦੀ ਬਨ ਜਾਣੀ ਇਸ ਕਰਕੇ ਮਟਰ ਮੈਂ ਪਹਿਲਾਂ ਹੀ ਨਾਲ ਪਾਤੇ ਇਹਦੇ ਤੇ ਕਿ ਮਟਰ ਔਰ ਮੇਥੀ ਮਸਾਲਾ ਚੰਗੀ ਤਰ੍ਹਾਂ ਤੇਲ ਛੱਡ ਗਿਆ ਬਹੁਤ ਵਧੀਆ ਤਰੀਕੇ ਨਾਲ ਫੁੱਜ ਗਿਆ ਕਲਰ ਬਹੁਤ ਵਧੀਆ ਆ ਰਿਹਾ ਸਬਜੀ ਦਾ ਹੁਣ ਇਹ ਚ ਪਾਉਂਗੀ ਮੈਂ ਮੇਥੀ ਇਹਨੂੰ ਚੰਗੀ ਤਰ੍ਹਾਂ ਤੋਂ ਵੀ ਕੱਟਤਾ ਬਰੀਕ-ਬਰੀਕ ਕੱਟ ਕੇ ਪਾਈ ਆ। ਠੀਕਿਤਰਾ ਮਿਕਸ ਕਰ ਦਣਾ ਹੁਣ ਸਾਰਾ ਸਮਾਨ ਇਹ ਠਾਕੇ ਪਕਾਵਾਂਗੇ ਨਾ ਆਪਾਂ। ਸਬਜ਼ੀ ਬਹੁਤ ਹੀ ਵਧੀਆ ਬਣਦੀ ਔਰ ਬਹੁਤ ਜ਼ਿਆਦਾ ਸਮਾਨ ਵੀ ਨਹੀਂ ਹੈਗਾ ਇਹ ਚ ਬਹੁਤ ਥੋੜੇ ਜਿਹੇ ਘਰ ਦੇ ਸਮਾਨ ਨਾਲ ਹੀ ਬਣਾ ਸਕਦੇ ਆ ਆਪਾਂ। ਬਹੁਤ ਵਧੀਆ ਬਣ ਜਾਂਦੀ ਹੈ। ਥੋੜਾ ਪਾਣੀ ਪਾ ਕੇ ਇਹਦੇ ਵਿੱਚ ਮੈਂ ਗਰੇਵੀ ਲਈ ਤੱਕ ਦੂੰਗੀ ਇਹਨੂੰ ਹੁਣ ਮੈਂ ਇੱਥੇ ਥੋੜਾ ਜਿਹੜਾ ਫੁੱਲ ਕਰੀਮ ਮਿਲਕ ਸੀ ਥੋੜਾ ਮਲਾਈ ਵਾਲਾ ਪਾਇਆ ਥੋੜਾ ਜਿਹਾ ਤੇ ਸਬਜ਼ੀ ਬਹੁਤ ਸੋਹਣੀ ਬਣਨ ਕੇ ਕਲਰ ਵਧੀਆ ਆਉਂਦਾ ਤੇ ਗਰੇਵੀ ਵਧੀਆ ਦਿੱਚ ਹੋ ਜਾਂਦੀ ਹੈ ਇਹਦੀ ਇਸ ਕਰਕੇ ਥੋੜੀ ਜਿਹੀ ਮੈਂ ਪਾਈ ਐ ਇੱਥੇ ਮਲਾਈ ਔਰ ਕਰੀਮ ਕਰਦੇ ਤੁਸੀਂ ਮਲਾਈ ਵਾਲਾ ਪਾਇਆ ਹੈ ਸਬਜ਼ੀ ਤਕਰੀਬਨ ਤਿਆਰ ਹੋ ਗਈ ਆਪਣੀ ਬਹੁਤ ਟੇਸਟੀ ਬਣ ਗਈ ਆ ਕਿੰਨਾ ਸੋਹਣਾ ਕਲਰ ਆਇਆ ਬਹੁਤ ਵਧੀਆ ਟੇਸਟੀ ਸਬਜ਼ੀ ਆ ਬਹੁਤ ਵਧੀਆ ਸਮੈਲ ਆ ਰਹੀ ਆ ਇਹਦੀ ਸਬਜ਼ੀ ਹੋ ਗਈ ਬਣ ਕੇ ਤਿਆਰ ਆਪਣੀ ਤਕਰੀਬਨ ਆਲਮੋਸਟ ਇੱਚ ਪਾਤਾ ਹੁਣ ਮੈਂ ਗਰਮ ਮਸਾਲਾ ਥੋੜਾ ਜਿਹਾ ਥੋੜਾ ਕੁ ਪਾਇਆ ਬਹੁਤ ਜ਼ਿਆਦਾ ਨਹੀਂ ਪਾਇਆ ਹੈਗਾ ਕਣੀ ਆਰਡਰ ਬੈਲੋਂ ਪਤਾ ਸੀਗਾ ਅਗਲਾ ਐਕਸੀਡੈਂਟ ਦੱਸੇ ਤੁਹਾਡੀ ਕਿਦਾਂ ਦੀ ਬਣੀਆਂ ਮਿਲਦੇ ਆ ਬਹੁਤ ਜਲਦੀਆਂ ਵੀਡੀਓ ਦੇ ਨਾਲ ਬਾਏ ਬਾਏ